ਦੇਖੋ ਜੀ ਮੈਂ ਕਰਤਾਰਪੁਰ ਪਹਿਲਾਂ ਆਇਆ ਸੀ 8 ਮਾਰਚ 2020 ਨੂੰ। ਅੱਛਾ ਜੀ। ਉਸ ਤੋਂ ਬਾਅਦ ਮੈਂ ਇੱਥੇ ਹੁਣ ਇਸ ਪ੍ਰੋਗਰਾਮ 'ਤੇ ਆਇਆ ਸੀ। ਉਦੋਂ ਸਾਨੂੰ ਕੋਰੀਡੋਰ ਤੁਹਾਨੂੰ ਇੱਕ ਦਿਨ ਦਾ ਹੀ ਵੀਜ਼ਾ ਮਿਲਿਆ ਸੀ। ਅੱਜ ਵਾਹਿਗੁਰੂ ਨੇ ਮਿਹਰ ਕੀਤੀ, ਗੁਰੂ ਨਾਨਕ ਨੇ ਹੱਥ ਰੱਖ ਕੇ ਆਪ ਸੱਦਿਆ ਸਾਨੂੰ ਇੱਥੇ, ਸਾਨੂੰ 10 ਦਿਨ ਦਾ ਵੀਜ਼ਾ ਮਿਲਿਆ। ਬੜੀ ਖੁਸ਼ੀ ਹੈ, ਸਾਡੇ 'ਚ ਵੀ ਬੜਾ ਚਾਅ ਸੀ, ਬੜਾ ਉਤਸ਼ਾਹ ਸੀ। ਅਤੇ ਇੱਥੋਂ ਆ ਜਿਹੜੇ ਆਵਾਮ, ਇੱਥੋਂ ਦੇ ਲੋਕ, ਸਾਡੇ ਪੰਜਾਬੀ ਭਰਾ ਨੇ ਸਾਡੇ ਨਾਲ ਚੰਗਾ ਦਿਲੋਂ ਮੋਹ ਕਰਦੇ ਨੇ, ਅਤੇ ਸਾਨੂੰ ਬੜਾ ਚੰਗਾ ਲੱਗਦਾ ਇਹਨਾਂ ਕੋਲ ਆ ਕੇ। ਸ਼ਾਇਦ ਉਮੀਦ ਵੀ ਇਹਨਾਂ ਨੂੰ ਚੰਗਾ ਲੱਗਦਾ ਹੋਵੇ, ਤਾਂ ਹੀ ਸਾਡੇ ਨਾਲ ਗੱਲਬਾਤ ਕਰਦੇ ਨੇ। ਅਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਟਾਈਮ 'ਚ ਹੋਰ ਸਾਨੂੰ ਵੱਧ ਤੋਂ ਵੱਧ ਵੀਜ਼ੇ ਮਿਲਣ, ਅਸੀਂ ਆ ਕੇ ਆਪਣੇ ਜਿਹੜੇ ਸਾਂਝੇ ਪੀਰ ਫਕੀਰ ਨੇ, ਗੁਰੂਆਂ ਦੇ ਤਿਉਹਾਰ ਨੇ, ਜਾ ਕੇ ਇਹਨਾਂ ਨਾਲ ਰਲ ਮਿਲ ਕੇ ਇਹਨਾਂ ਨਾਲ ਮਨਾਈਏ। ਅਤੇ ਇਹਦੇ ਨਾਲ ਮੁਹੱਬਤਾਂ ਵੱਧਦੀਆਂ ਨੇ, ਅਤੇ ਵਾਹਿਗੁਰੂ ਮਿਹਰ ਕਰੇ ਇੱਕ ਮੁਹੱਬਤਾਂ ਵੱਧ ਤੋਂ ਵੱਧ ਦਿੰਦੇ ਹਨ, ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰਨ। ਇਹ ਗੱਲ 'ਚ 900% 100% ਨਹੀਂ, 900% ਸੱਚਾਈ ਆ। ਮੇਰੀ ਇਸ ਤੋਂ ਪਹਿਲਾਂ ਵੀ ਸਰਦਾਰ ਹੋਣਾ ਨਾਲ ਗੱਲ ਹੋ ਰਹੀ ਸੀਗੀ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦੇ ਨਾਲ ਸਿੱਖ ਬਰਾਦਰੀ ਨਾਲ ਸਾਡੀਆਂ ਮੁਹੱਬਤਾਂ ਵਧੀਆਂ। ਸਿੱਖ ਬਰਾਦਰੀ ਦੀ ਸਾਡੇ ਦਿਲ ਦੇ ਵਿੱਚ ਇੱਜ਼ਤ ਵਧੀ ਆ, ਉਹਨਾਂ ਦੇ ਦਿਲਾਂ 'ਚ ਸਾਡੀ ਇੱਜ਼ਤ ਵਧੀ ਆ। ਇਸ ਤਰ੍ਹਾਂ ਇਹ ਬਹੁਤ ਅੱਛਾ ਕੰਮ ਹੋਇਆ, ਔਰ ਇਹਨਾਂ ਨੂੰ ਆਪਣੇ ਪਾਕ ਜਿਹੜੇ ਇਹਨਾਂ ਦੇ ਹੈਗੇ ਸੀ ਜਗ੍ਹਾ, ਉੱਥੇ ਆਉਣ ਦਾ ਮੌਕਾ ਮਿਲਿਆ, ਔਰ ਇੱਕ ਬਹੁਤ ਅੱਛਾ ਕੰਮ ਹੋਇਆ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਜੀ। ਅਸੀਂ ਇਸ ਟਾਈਮ ਮੌਜੂਦ ਹਾਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਮੇਨ ਗੇਟ 'ਤੇ। ਸਾਡੇ ਨਾਲ ਇੰਡੀਆ ਤੋਂ ਸਿੱਖ ਯਾਤਰੀ ਮੌਜੂਦ ਨੇ, ਅਤੇ ਨਾਲ ਹੀ ਪਾਕਿਸਤਾਨੀ ਉਹਨਾਂ ਦੇ ਦੋਸਤ ਵੀ ਮੌਜੂਦ ਨੇ, ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸਤਿ ਸ਼੍ਰੀ ਅਕਾਲ ਜੀ, ਮੈਂ ਹੁਸ਼ਿਆਰ ਸਿੰਘ ਬਾਜਵਾ, ਚੜ੍ਹਦੇ ਪੰਜਾਬ, ਡਿਸਟ੍ਰਿਕਟ ਫਤਿਹਾਬਾਦ, ਹਰਿਆਣੇ ਤੋਂ ਹਾਂ। ਹਰਿਆਣੇ ਤੋਂ? ਹਾਂਜੀ। ਅੱਛਾ, ਇਹ ਦੱਸੋ ਕਿ ਕਿੰਨਵੀਂ ਫੇਰੀ ਹੈ ਤੁਹਾਡੀ ਪਾਕਿਸਤਾਨ? ਦੇਖੋ ਜੀ, ਮੈਂ ਕਰਤਾਰਪੁਰ ਪਹਿਲਾਂ ਆਇਆ ਸੀ 8 ਮਾਰਚ 2020 ਨੂੰ। ਅੱਛਾ ਜੀ। ਉਸ ਤੋਂ ਬਾਅਦ ਮੈਂ ਇੱਥੇ ਹੁਣ ਇਸ ਪ੍ਰੋਗਰਾਮ 'ਤੇ ਆਇਆ ਸੀ। ਉਦੋਂ ਸਾਨੂੰ ਕੋਰੀਡੋਰ ਤੁਹਾਨੂੰ ਇੱਕ ਦਿਨ ਦਾ ਹੀ ਵੀਜ਼ਾ ਮਿਲਿਆ ਸੀ। ਅੱਜ ਵਾਹਿਗੁਰੂ ਨੇ ਮਿਹਰ ਕੀਤੀ, ਗੁਰੂ ਨਾਨਕ ਨੇ ਹੱਥ ਰੱਖ ਕੇ ਆਪ ਸੱਦਿਆ ਸਾਨੂੰ ਇੱਥੇ, ਸਾਨੂੰ 10 ਦਿਨ ਦਾ ਵੀਜ਼ਾ ਮਿਲਿਆ। ਬੜੀ ਖੁਸ਼ੀ ਹੈ, ਸਾਡੇ 'ਚ ਵੀ ਬੜਾ ਚਾਅ ਸੀ, ਬੜਾ ਉਤਸ਼ਾਹ ਸੀ। ਅਤੇ ਇੱਥੋਂ ਆ ਜਿਹੜੇ ਆਵਾਮ, ਇੱਥੋਂ ਦੇ ਲੋਕ, ਸਾਡੇ ਪੰਜਾਬੀ ਭਰਾ ਨੇ ਸਾਡੇ ਨਾਲ ਚੰਗਾ ਦਿਲੋਂ ਮੋਹ ਕਰਦੇ ਨੇ, ਅਤੇ ਸਾਨੂੰ ਬੜਾ ਚੰਗਾ ਲੱਗ ਰਿਹਾ ਇਹਨਾਂ ਕੋਲ ਆ ਕੇ। ਸ਼ਾਇਦ ਉਮੀਦ ਵੀ ਇਹਨਾਂ ਨੂੰ ਚੰਗਾ ਲੱਗਦਾ ਹੋਵੇ, ਤਾਂ ਹੀ ਸਾਡੇ ਨਾਲ ਗੱਲਬਾਤ ਕਰਦੇ ਨੇ। ਅਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਟਾਈਮ 'ਚ ਹੋਰ ਸਾਨੂੰ ਵੱਧ ਤੋਂ ਵੱਧ ਵੀਜ਼ੇ ਮਿਲਣ, ਅਸੀਂ ਆ ਕੇ ਆਪਣੇ ਜਿਹੜੇ ਸਾਂਝੇ ਪੀਰ ਫਕੀਰ ਨੇ, ਗੁਰੂਆਂ ਦੇ ਤਿਉਹਾਰ ਨੇ, ਜਾ ਕੇ ਇਹਨਾਂ ਨਾਲ ਰਲ ਮਿਲ ਕੇ ਇਹਨਾਂ ਨਾਲ ਮਨਾਈਏ। ਅਤੇ ਇਹਦੇ ਨਾਲ ਮੁਹੱਬਤਾਂ ਵੱਧਦੀਆਂ ਨੇ, ਅਤੇ ਵਾਹਿਗੁਰੂ ਮਿਹਰ ਕਰੇ ਇੱਕ ਮੁਹੱਬਤਾਂ ਵੱਧ ਤੋਂ ਵੱਧ ਦਿੰਦੇ ਹਨ, ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰਨ। ਹੁਣ ਨਗਰ ਕੀਰਤਨ ਦੀ ਬਿਲਕੁਲ ਤਿਆਰੀ ਹੈ। ਨਗਰ ਕੀਰਤਨ ਅਸੀਂ ਸਾਰੇ ਇੱਥੇ ਨਨਕਾਣਾ ਸਾਹਿਬ ਦੇ ਵਿੱਚ, ਜਿੱਥੇ ਜਿੱਥੇ ਮਹਾਰਾਜ ਨੇ ਘਰ ਸੀ ਉਹਨਾਂ ਦਾ ਜੋ ਕੁਛ ਸੀ, ਅਸੀਂ ਉਹ ਵੇਖਾਂਗੇ। ਦਰਸ਼ਨ ਮੇਲਾ ਕਰਨ ਦਾ ਸਾਨੂੰ ਟਾਈਮ ਦਿੱਤਾ ਹੈ ਅੱਲਾ ਨੇ, ਅਤੇ ਇਹੀ ਉਮੀਦ ਕਰਦੇ ਹਾਂ ਵੀ ਅੱਗੋਂ ਵੱਧ ਤੋਂ ਵੱਧ ਮਿਲਾ ਮੇਲ ਜੋਲ ਵੱਧਦਾ ਰਹੇ, ਅਤੇ ਵਾਹਿਗੁਰੂ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕਿਉਰਟੀ ਦਾ ਇੰਤਜ਼ਾਮ ਕਿਸ ਤਰ੍ਹਾਂ ਹੈ? ਵਧੀਆ, ਬਿਲਕੁਲ। ਸਕਿਉਰਟੀ ਵੀ ਚੰਗੀ ਹੈ, ਬਹੁਤ ਵਧੀਆ ਸਕਿਉਰਟੀ ਹੈ। ਪੁਲਿਸ ਵਾਲੇ, ਜਿੰਨੇ ਸਕਿਉਰਟੀ ਵਾਲੇ, ਚੰਗਾ ਮੋਹ ਕਰਦੇ ਨੇ, ਸਾਨੂੰ ਕੋਈ ਬਿਲਕੁਲ ਪਰੇਸ਼ਾਨ ਨਹੀਂ ਕਰਦੇ। ਜਦ ਜਿੱਧਰ ਜਾਣਾ, ਰਸਤਾ ਵਗੈਰਾ ਆਪ ਦੱਸਦੇ ਨੇ, ਅੱਗੇ ਜਾਣਾ, ਪਿੱਛੇ ਜਾਣਾ, ਕੁਛ ਵੀ ਕਰਨਾ, ਕੋਈ ਪਰੇਸ਼ਾਨੀ ਨਹੀਂ। ਬਿਲਕੁਲ ਪਰੇਸ਼ਾਨੀ ਨਾਂ ਦੀ ਗੱਲ ਗਲਤ ਹੈ। ਹੋ ਸਕਦਾ ਬਾਹਰ ਫਾਰਮਾਂ ਬਹੁਤ ਨੇ ਜੀ, ਉੱਥੇ ਸ਼ਾਇਦ ਕੋਈ ਤੰਗ ਕਰਦੇ ਹੋਣ, ਜਾਂ ਕਹਦੇ ਵੀ ਨਹੀਂ, ਸਾਨੂੰ ਕਿਸੇ ਤੰਗ ਨਹੀਂ ਕੀਤਾ, ਨਾ ਕੋਈ ਕਰ ਰਿਹਾ। ਬਿਲਕੁਲ ਆਵਾਮ ਹੀ ਚਾਹੁੰਦੀ ਹੈ, ਲੋਕ ਵੀ ਚਾਹੁੰਦੇ ਨੇ, ਅਤੇ ਸਕਿਉਰਟੀ ਦਾ ਬੜਾ ਵਧੀਆ ਇੰਤਜ਼ਾਮ ਹੈ। ਸਕਿਉਰਟੀ ਵਾਲੇ ਵੀ ਮੋਹ ਵੀ ਕਰਦੇ ਨੇ, ਅਤੇ ਚਾਹੁੰਦੇ ਵੀ ਨੇ, ਕੋਈ ਪਰੇਸ਼ਾਨੀ ਨਹੀਂ। ਬਿਲਕੁਲ, ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਨਹੀਂ। ਤੁਸੀਂ ਆਪਣਾ ਨਾਂ ਦੱਸੋ ਤਾਂ ਕਿੱਥੋਂ ਆਏ ਹੋ? ਮੇਰਾ ਨਾਮ ਮਲਕ ਜਾਵੇਦ ਕਮਰ ਆ ਜੀ, ਫੈਸਲਾਬਾਦ ਦਾ ਰਹਿਸ਼ੀ ਹਾਂ। ਫੈਸਲਾਬਾਦ ਦੇ ਵਿੱਚ ਇੱਕ ਯੂਨੀਅਨ ਕੌਂਸਲ ਦਾ ਚੇਅਰਮੈਨ ਵੀ ਹਾਂ। ਮੈਂ ਇੱਥੇ ਆਪਣੀ ਸਿੱਖ ਬਰਾਦਰੀ ਦੀ ਖੁਸ਼ੀਆਂ ਸ਼ਾਮਿਲ ਹੋਣ ਵਾਸਤੇ ਆਇਆ। ਬਾਬਾ ਗੁਰੂ ਨਾਨਕ ਸਾਰਿਆਂ ਦਾ ਸਾਂਝਾ, ਉਹਨੇ ਇਨਸਾਨੀਅਤ ਦਾ ਦਰਸ ਦਿੱਤਾ। ਅੱਜ ਵੀ ਅਸੀਂ ਇਹੀ ਪੈਗਾਮ ਦੇਵਾਂਗੇ ਆਪਣੇ ਦੋਸਤਾਂ ਨੂੰ, ਭਰਾਵਾਂ ਨੂੰ, ਸੱਜਣਾਂ ਨੂੰ, ਮਿੱਤਰਾਂ ਨੂੰ, ਕਿ ਇਨਸਾਨੀਅਤ ਦਾ ਦਰਸ ਦਿਓ, ਇਨਸਾਨੀਅਤ ਦੀ ਇੱਜ਼ਤ ਕਰੋ। ਇਨਸਾਨੀਅਤ ਵੱਧ ਕੇ ਕੋਈ ਚੀਜ਼ ਨਹੀਂ। ਅਸੀਂ ਇਨਸ਼ਾਅੱਲਾ ਤਾਲਾ ਬਾਬਾ ਗੁਰੂ ਨਾਨਕ ਦੀ ਇਸ 554ਵੀਂ ਸਾਲਗਿਰਾ ਦੇ ਮੌਕੇ 'ਤੇ ਆਪਣੀ ਸਿੱਖ ਬਰਾਦਰੀ ਨੂੰ ਮੁਬਾਰਕਬਾਦ ਦਿੰਦੇ ਹਾਂ, ਔਰ ਇਹ ਵਾਅਦਾ ਕਰਦੇ ਹਾਂ ਕਿ ਇਨਸ਼ਾਅੱਲਾ ਤਾਲਾ, ਅੱਲਾ ਤਾਲਾ ਦੀ ਰਹਿਮਤ ਦੇ ਨਾਲ, ਅਸੀਂ ਇਸੇ ਤਰ੍ਹਾਂ ਇਹਨਾਂ ਨਾਲ ਆਪਣੀ ਖੁਸ਼ੀਆਂ ਜਿਹੜੀਆਂ ਸਾਂਝੀਆਂ ਕਰਦੇ ਰਹਾਂਗੇ, ਔਰ ਇਹ ਧਰਤੀ ਜਿਹੜੀ ਬਾਬਾ ਗੁਰੂ ਨਾਨਕ ਦੀ ਧਰਤੀ ਆ, ਹਮੇਸ਼ਾ ਇਸੇ ਤਰ੍ਹਾਂ ਸ਼ਾਦੋਬਾਦ ਰਹੇਗੀ। ਅੱਛਾ ਜੀ, ਅਮਰ ਸਾਹਿਬ, ਗੱਲ ਇਹ ਆ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਕਹਿੰਦੇ ਕਿ ਜ਼ਿਆਦਾ ਇਹ ਦੋਵਾਂ ਕੌਮਾਂ ਦੇ ਵਿੱਚ ਆਪਸ 'ਚ ਪਿਆਰ ਵਧਿਆ, ਇਹ ਗੱਲ 'ਚ ਕਿੰਨੀ ਸੱਚਾਈ? ਹਾਂਜੀ, ਇਹ ਗੱਲ 'ਚ 900% 100% ਨਹੀਂ, 900% ਸੱਚਾਈ ਆ। ਮੇਰੀ ਇਸ ਤੋਂ ਪਹਿਲਾਂ ਵੀ ਸਰਦਾਰ ਹੋਣਾ ਨਾਲ ਗੱਲ ਹੋ ਰਹੀ ਸੀਗੀ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦੇ ਨਾਲ ਸਿੱਖ ਬਰਾਦਰੀ ਨਾਲ ਸਾਡੀਆਂ ਮੁਹੱਬਤਾਂ ਵਧੀਆਂ। ਸਿੱਖ ਬਰਾਦਰੀ ਦੀ ਸਾਡੇ ਦਿਲ ਦੇ ਵਿੱਚ ਇੱਜ਼ਤ ਵਧੀ ਆ, ਉਹਨਾਂ ਦੇ ਦਿਲਾਂ 'ਚ ਸਾਡੀ ਇੱਜ਼ਤ ਵਧੀ ਆ। ਇਸ ਤਰ੍ਹਾਂ ਇਹ ਬਹੁਤ ਅੱਛਾ ਕੰਮ ਹੋਇਆ, ਔਰ ਇਹਨਾਂ ਨੂੰ ਆਪਣੇ ਪਾਕ ਜਿਹੜੇ ਇਹਨਾਂ ਦੇ ਹੈਗੇ ਸੀ ਜਗ੍ਹਾ, ਉੱਥੇ ਆਉਣ ਦਾ ਮੌਕਾ ਮਿਲਿਆ, ਔਰ ਇੱਕ ਬਹੁਤ ਅੱਛਾ ਕੰਮ ਹੋਇਆ।